ਨਮਸਕਾਰ ਜੀ, ਮੈਂ ਕਰਨ ਕਪੂਰ ਫਰਨੀਚਰ ਵਰਲਡ ਤੋਂ ਸਾਰਿਆਂ ਨੂੰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਅਤੇ ਪੰਜਾਬੀਆਂ ਨੂੰ ਖਾਸ ਤੌਰ 'ਤੇ ਵਿਸਾਖੀ ਦੀਆਂ ਵਧਾਈਆਂ ਦਿੰਦਾ। ਔਰ ਅੱਜ ਦੇ ਦਿਨ ਤੋਂ ਖਾਲਸਾ ਪੰਥ ਦੀ ਨੀਂਹ ਪੱਥਰ ਰੱਖਿਆ ਗਿਆ ਸੀਗਾ, ਔਰ ਸਾਰੇ ਕਿਸਾਨਾਂ ਨੂੰ ਖਾਸ ਕਰਕੇ ਵਧਾਈ ਦਿੰਦਾ ਕਿ ਅੱਜ ਤੋਂ ਉਹਨਾਂ ਦੀ ਵਢਾਈ ਕਣਕ ਦੀ ਕਟਾਈ ਸ਼ੁਰੂ ਹੋਣੀ ਆ, ਅਤੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਕਣਕ ਆਵੇ ਅਤੇ ਮਾਰਕੀਟ 'ਚ ਸਿੱਟਣ, ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਆਉਣ ਉਹਨਾਂ ਦੇ ਕੋਲ, ਅਤੇ ਖੁਸ਼ੀਆਂ ਦੇ ਨਾਲ ਮਾਰਕੀਟ ਦੇ ਵਿੱਚ ਪੈਸੇ ਲੈ ਕੇ ਆਉਣ, ਅਤੇ ਆਪਣੇ ਘਰ ਲਈ ਫਰਨੀਚਰ ਵਰਲਡ ਤੋਂ ਪਰਚੇਸ ਵੀ ਕਰਨ। ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਕਿ ਸਾਰਾ ਸਾਲ ਮਿਹਨਤ ਕਰਦੇ ਆ ਉਹ, ਅਤੇ ਹੁਣ ਕਣਕ ਸਾਡੇ ਸਾਰਿਆਂ ਵਾਸਤੇ ਉਗਾਉਂਦੇ ਆ। ਅੰਨਦਾਤਾ ਐਵੇਂ ਨਹੀਂ ਕਿਹਾ ਜਾਂਦਾ, ਵਾਕਈ ਉਹ ਅੰਨਦਾਤਾ ਨੇ, ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਔਰ ਫਰਨੀਚਰ ਵਰਲਡ 'ਤੇ ਆਪਾਂ ਵਿਸਾਖੀ ਤੋਂ ਅੱਜ ਤੋਂ ਇੱਕ ਸਕੀਮ ਵੀ ਲਾ ਦਿੰਦੇ ਹਾਂ ਕਿ ਏਸੀ, ਗਰਮੀਆਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਅਤੇ ਏਸੀ ਵੀ ਲੋੜ ਪੈਣੀ ਆ, ਅਤੇ ਕੂਲਰਾਂ ਦੀ ਵੀ ਲੋੜ ਪੈਣੀ ਆ, ਅਤੇ ਏਸੀ ਵੀ ਬਹੁਤ ਘੱਟ ਰੇਟ 'ਤੇ ਦੇਵਾਂਗੇ ਅਤੇ ਕੂਲਰ ਵੀ ਬਹੁਤ ਘੱਟ ਰੇਟ 'ਤੇ ਦੇਵਾਂਗੇ। ਸਾਰਾ ਫਰਨੀਚਰ ਸਾਡੇ ਕੋਲ ਇੱਕੋ ਹੀ ਜਗ੍ਹਾ ਤੋਂ ਇੱਕੋ ਹੀ ਛੱਤ ਦੇ ਥੱਲੇ ਲੈਣ ਕਿਸਾਨ ਭਰਾ, ਅਤੇ ਉਹਨਾਂ ਦਾ ਪੂਰਾ ਮਾਣ ਸਨਮਾਨ ਵੀ ਅਸੀਂ ਕਰਾਂਗੇ। ਧੰਨਵਾਦ ਸਾਰਿਆਂ ਨੂੰ। ਹਮਾਰੇ ਨਏ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th ਟੂ 12th ਬੋਥ ਸਕੂਲਿੰਗ ਐਂਡ ਕੋਚਿੰਗ ਕੀ ਐਡਮਿਸ਼ਨ ਓਪਨ ਹੋ ਚੁਕੀ ਹੈ। ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ। ਹਮਾਰੇ ਪਾਸ ਵੈਨ